सर नॉन ओ हमने करना फालसो ओ पोने करना वेरो क्या निशानी बन जाएगी जी भाई छोटी जी निशानी ओ वेरो नॉन ओ पोने फालसो क्या सवाल नंबर पाँच के अंदर आपकी निशानी आ गई अभी बनाइए नो, नो नोन से पोने का मतलब है खराब चीज़ नॉन ओ पोने नहीं खराब होएगी अगर उसी सर थवाएगी तो नॉन से पोने फालसो करना है अपोने वेरो करना है जी छोटी छोटी ट्रिका छोटी छोटी निशानियाँ जी छः नंबर में आ जाए ਅਗਰ ਫੋਰਸਾ ਅਦਰੇਨ ਤੇ ਪੱਕੜ ਟੋਡੀ ਅਚ ਸੀਵਾ ਜ਼ਿਆਦਾ ਹੋ ਜਾਏਗੀ ਤੋ ਕੰਪੋਰਤਾ ਸ਼ਾਮਲ ਹੈ ਸੂਰਿਸ ਕਾਲ ਦਾ ਮੈਨ ਤੋਂ ਗਰਮ ਹੋ ਜਾਣਗੀਆਂ ਫਰੇਨੀ ਬ੍ਰੇਕਾਂ ਅਗਰ ਰੋਡ ਤੇ ਪਕੜ ਜ਼ਿਆਦਾ ਹੋ ਜਾਏਗੀ ਗੱਡੀ ਦੀ ਬ੍ਰੇਕਾਂ ਗਰਮ ਹੋ ਜਾਣਗੀਆਂ ਪਕੜ ਜ਼ਿਆਦਾ ਹੋ ਜਾਏਗੀ ਬ੍ਰੇਕ ਘਟ ਲੱਗੇਗੀ ਜ਼ਿਆਦਾ ਲੱਗੇਗੀ ਜੀ ਘਟ ਲੱਗੇਗੀ ਘਟ ਲੱਗੇਗੀ ਫਿਰ ਬ੍ਰੇਕਾਂ ਕਿਉਂ ਕਰਕੇ ਅੰਦਰ ਗਰਮ ਹੋ ਜਾਣਗੀਆਂ ਇਹ ਗੱਲ ਗਲਤ ਹੈ ਜੀ ਕਿ ਪਕੜ ਆਪਕੀ ਗੱਡੀ ਕੀ ਠੀਕ ਹੋ ਜਾਏਗੀ ਜ਼ਿਆਦਾ ਹੋ ਜਾਏਗੀ ਤੋ ਆਪਕੀ ਬ੍ਰੇਕ ਵੀ ਜ਼ਿਆਦਾ ਗਰਮ ਹੋ ਜਾਏਗੀ ਨਹੀਂ ਗਲਤ ਬਾਤ ਹੈ ਜੀ نو سبسکرائب کر پیس انشاءاللہ یہ 15 منٹ کی ویڈیو ہے میں بھیجوں گا اپ کو نو سک کی نمبر پہ جاجو 4 سے کیڑیاں طاقت جو اجس کونوں پیدا ہندیاں نے وی کو لو گاڑی کو اگر کوروا موڑ کے اندر جا رہے ہو جی اچھا سٹوڈنٹ اگر موڑ کے اندر گڈی چلا رہے ہو کیا اگر موڑ ਤੁਸੀਂ چڑھ دیو موڑ گاڑی نو اندر والی سائیڈ سے لے کے آئے گا یا باہر کی طرف کھینچے گا جی باہر کی طرف کھینچے گا पहले नंबर सवाल के अंदर निशानी आ गई कि नहीं आ गई इस तीरनों के आठ सवाल आठ के सारे वेरो तेरनों के आठ सवाल हैं आठ के अठ बेर सारे बेहो छोटी छोटी निशानी जी दो नंबर च जो जाओ कुंतलवे को जिस वक्त थोड़ी गाड़ी पर पिरकोरे चल रही है उन्हरवा मोड़ के अंदर अगर आपकी वेलोचिता स्पीड एच सिवा ज़्यादा है ਪੂ ਪ੍ਰੋਵੋਕ ਕਰਨੇ ਇਹ ਵੀ ਹੋ ਸਕਦਾ ਹੈ ਕਿ ਸਬੰਧਾਂ ਮੈਨ ਤੋਂ ਟੁੱਟੀ ਗੱਡੀ ਕੰਬ ਜਾਏ ਜੀ ਡੋਲ ਜਾਏ ਠੀਕ ਹੈ ਅਗਰ ਸਪੀਡ ਜ਼ਿਆਦਾ ਹੋਗੀ ਮੋੜ ਕੇ ਅੰਦਰ ਤੋਂ ਡਿ ਗਾੜੀ ਹੋ ਸਕਦੀ ਹੈ ਖਰਾਬ ਕੰਡੀਸ਼ਨ ਪੈਦਾ ਕਰੇ ਉਹ ਸਬੰਧਾਂ ਮੈਨ ਤੋਂ ਕੰਬ ਵੀ ਸਕਦੀ ਹੈ ਜੀ ਗੱਲ ਵੀ ਠੀਕ ਹੈ ਬਾਈ ਸਵਾਲ ਨੰਬਰ 3 ਕੇ ਅੰਦਰ ਆ ਜੇ 3 ਨੰਬਰ ਕੀ ਆਤਾ ਹੈ ਕਵਾਂਦੋ ਇਲ ਵਹੀਕਲ ਜਿਸ ਵਗ ਡਿ ਗਾੜੀ ਪਰ ਕੋਰੇ ਚੱਲ ਰਹੀ ਹੈ ਉਨਾ ਕੁਰਵਾ ਮੋੜ ਕੇ ਅੰਦਰ ਉਰਬ ਕੀ ਵੈਲੋਚਿਤਾ ਸਪੀਡ ਅਗਰ ਐਚ ਸੀ ਵਾ ਜ਼ਿਆਦਾ ਹੋਗੀ ਕੋ ਪ੍ਰਵੋਕ ਕਰਨ ਇਹ ਹੋ ਸਕਦਾ ਹੈ ਕਿ ਰੀਬਲ ਤਾਂ ਮੈਂ ਤੋਂ ਟੋਡੀ ਗੱਡੀ ਉਲਟ ਜਾਏ। ਕੀ ਅਗਰ ਮੋੜ ਕੇ ਅੰਦਰ ਆਪਕੀ ਸਪੀਡ ਜ਼ਿਆਦਾ ਹੋਗੀ ਆਪਕੀ ਗਾੜੀ ਉਲਟ ਵੀ ਸਕਦੀ ਹੈ ਜਾਂ ਨਹੀਂ ਸਕਦੀ? ਜੀ ਬਿਲਕੁਲ ਬਿਲਕੁਲ। ਆਲਸੋ ਸਵਾਲ ਨੰਬਰ ਮੇਜ 4 ਹੱਲ ਕਰਾएं। ਅਗਰ ਮੋੜ ਕੇ ਅੰਦਰ ਗਾੜੀ ਚਲਾ ਰਹੇ ਹੋ ਇਹ ਆਪਕੋ ਮੋੜ ਕੇ ਅੰਦਰ ਲੈ ਸਟ ਕਰ ਲੈ ਕੇ ਆਏਗੀ ਜਾਂ ਸਪਸਤarlo ਇਸ ਤੇਰ ਨੂੰ ਬਾਹਰ ਕੀ ਤਰਫ ਖੈਂਚੇਗੀ ਜੀ? ਬਾਰੀਂ ਦੀ ਤਰਫ ਬਾਰੀਂ ਦੀ ਤਰਫ ਖਾਂਚੇ ਕੀ ਇੰਟਰਨੋ ਜ਼ਰਾ ਦੇਖੋ ਵੇ ਵੇਰੋ ਕੀ ਫਾਲਸ ਹੋ ਮੈਂ ਕਿ ਐਸਟਰਨੋ ਵੇਰੋ ਕਾ ਇੰਟਰਨੋ ਫਾਲਸ ਹੋਗਾ era ਦੇਖ ਲੈ ਇਸਕੋ ਕਵਾਂਡੋ ਇਲ ਵੇਇਕੋਲੋ ਜਿਸਕ ਗਾੜੀ ਪਰ ਕੋਰੇਰੇ ਤੁਸੀਂ ਚਲਾਉਂਦੇ ਹੋ ਕੂਰਵਾ ਮੋਰ ਆਸੂ ਜੇਤਾ ਤਾਂ ਬਹੁਤ ਖਰਾਬ ਮੋਰ ਹੈ ਔਰ ਉਨਾ ਫੋਰਸਾ ਜੋ ਤਾਕਤ ਹੁੰਦੀ ਹੈ ਗੱਡੀ ਦੀ ਇਹ ਤਿੰਨ ਦੇ ਇਰਾਦਾ ਕਰਦੀ ਸਪਸ ਤਾਰ ਲੋ ਲੈ ਕੇ ਆਂਦੀ ਵੇਰ ਸੋ ਇੰਟਰਨੋ ਗੱਡੀ ਨੂੰ ਮੋੜ ਦੇ ਅੰਦਰ ਖਿੱਚਦੀ ਹੈ ਜੀ ਨਹੀਂ ਭਾਈ ਮੋੜ ਕੇ ਬਾਹਰ ਖਾਂਚਦੀ ਹੈ ਮੋੜ ਕੇ ਅੰਦਰ ਨਹੀਂ ਗੱਡੀ ਖਿੱਚਦੀ ਮਾਸ਼ਾਅੱਲਾਬਕੀਨ ਡਰਾਈਵਰ ਬੈਠੇ ਹੋ ਸਭ ਨੂੰ ਪਤਾ ਹੋਣਾ ਜੀ। ਤਰਾਵਲਕੋ ਸਾਜੀ। ਵਾਲੇਕੁਮ ਸਲਮ ਜੀ। ਵਾਲੇਕੁਮ ਸਲਮ। ਪੰਜ ਨੰਬਰ ਸਵਾਲ। ਕਹਤਾ ਹੈ ਕਵਾਂਦੋ ਇਲ ਵੇਹਿਕੋਲੋ ਜਿਸ ਵਕਤ ਗਾੜੀ ਤੁਸੀਂ ਪਰ ਕੋਰੇ ਦੇ ਚਲਾ ਰਹੇ ਹੋ। ਉਹਨਾ ਕੁਰਵਾ ਇੱਕ ਮੋੜ ਹੈ। ਦੇਵੇ ਜ਼ਰੂਰੀ ਹੈ ਓਮਿੰਤਾਰੇ ਜ਼ਿਆਦਾ ਕਰੋ ਵੈਲੋਸੀਤਾ ਸਪੀਡ। ਕਿਆ ਮੋੜ ਦੇ ਅੰਦਰ ਸਪੀਡ ਜ਼ਿਆਦਾ ਕਰਨੀ ਚਾਹੀਦੀ? ਨੋ ਸਿਰ। ਕਵਾਂਦੋ ਇਲ ਵੇਹਿਕੋਲੋ ਜਿਸ ਵਕਤ ਆਪਸ ਗਾੜੀ ਹੈ। ਫਿਰ ਕੋਰੇ ਦੇ ਚੱਲ ਰਿਓ ਉਹਨਾਂ ਕੂਰਵਾ ਇੱਕ ਮੋਰ ਦੇਵੇ ਜ਼ਰੂਰੀ ਹੈ ਉਹ ਮਿੰਤਾਰੇ ਜ਼ਿਆਦਾ ਕਰੋ ਵੈਲੋਸਿਟੀ ਸਪੀਡ ਕਿ ਫਿਰ ਸਪੀਡ ਜ਼ਿਆਦਾ ਕਰਨੀ ਚਾਹੀਏ ਜਿਸ ਟਾਈਮ ਆਖੇ ਨਾ ਜਿਸ ਟਾਈਮ ਆਖੇ ਜਿਸ ਟਾਈਮ ਆਖੇ ਸਪੀਡ ਜ਼ਿਆਦਾ ਕਰੋ ਸਵਾਲ ਪੂਰੀ ਬੁੱਕ ਮੇ ਫਾਲਸ ਸਪੀਡ ਜ਼ਿਆਦਾ ਕਰੋ ਜ਼ਿਆਦਾ ਕਰੋ ਇਹ ਫਾਲਸ ਜੀ ਜੀ ਉਹ ਮੈਂ ਤੋਂ ਜ਼ਿਆਦਾ ਨਹੀਂ ਸਲੀਤਾ ਮੈਂ ਤੋਂ ਇਹਦਾ ਸਲੀਤਾ ਮੈਂ ਤੋਂ ਜਿਸ ਵਕਤ ਤੁਸੀਂ ਜਾਓਗੇ ਚੜਾਈ ਕਰੋਗੇ ٹھیک ہے کسی چیز اندر انٹری کرو گے جی آجو جی اچھا بھئی اے بھی پیج 20921 اگے 922 اور 923 आखरी आखरी دو پیج رہ گئے نے تو آجو جی آجي جی انشاءاللہ باقی ساری نشانییاں ہیں جی نشانییاں بہت زیادہ میں ٹڈی حل کراں گا تو اسے اگنے سر جی کمال ہو گیا جی ਅਗੇ ਆਖਰੀ ਆਖਰੀ ਪੇਜ ਹੈ ਇਸਕੇ ਦੋ ਸਵਾਲ ਨੇ ਔਰ ਬੁੱਕ ਸਾਡੀ ਖਤਮ ਹੋ ਗਈ ਠੀਕ ਹੈ ਅੱਗੇ ਚੱਲ ਜੀ ਇਨਸ਼ਾਅੱਲਾ